ਨਮਸਕਾਰ ਖਬਰਾਂ ਦੇ ਇਸ ਬਲਟਿਨ ਵਿੱਚ ਤੁਹਾਡਾ ਸਵਾਗਤ ਹੈ ਮਹਿਰਮਾ ਸ਼ੰਕਰ ਪੇਸ਼ ਨੇ ਹੁਣ ਤੱਕ ਦੀਆਂ ਖਬਰਾਂ ਯੂਨੀਫਾਰਮ ਸਿਵਲ ਕੋਡ ਦੇ ਮੁੱਦੇ ਤੇ ਪਰਸੋਨਲ ਪਬਲਿਕ ਸ਼ਿਕਾਇਤਾਂ ਕਾਨੂੰਨ ਤੇ ਨਿਆਂ ਬਾਰੇ ਸੰਸਦ ਦੀ ਸਥਾਈ ਕਮੇਟੀ ਦੀ ਕੱਲ ਮੀਟਿੰਗ ਹੋਵੇਗੀ ਕਮੇਟੀ ਦੇ ਚੇਅਰਮੈਨ ਅਤੇ ਭਾਰਤੀ ਜਨਤਾ ਪਾਰਟੀ ਦੇ ਰਾਜ ਸਭਾ ਮੈਂਬਰ ਸੁਸ਼ੀਲ ਮੋਦੀ ਨੇ ਕਿਹਾ ਕਿ ਕਮੇਟੀ ਇਸ ਮੁੱਦੇ ਨਾਲ ਸੰਬੰਧਿਤ ਧਿਰਾਂ ਦੇ ਵਿਚਾਰ ਸੁਨੇਗੀ ਉਨ੍ਹਾਂ ਕਿਹਾ ਕਿ ਕਮੇਟੀ ਦੀ ਮੀਟਿੰਗ ਕਿਸੇ ਪਾਰਟੀ ਦੀ ਸਿਆਸਤ ਤੇ ਆਧਾਰਿਤ ਨਹੀਂ ਹੈ ਕਿਉਂਕਿ ਇਸ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਦੇ ਮੈਂਬਰ ਸ਼ਾਮਲ ਨੇ ਯੂਨੀਫਾਰਮ ਸਿਵਲ ਕੋਡ ਨਾਗਰਿਕਾਂ ਲਈ ਇੱਕਸਾਰ ਕਾਨੂੰਨ ਬਣਾਉਣ ਅਤੇ ਲਾਗੂ ਕਰਨ ਸੰਬੰਧੀ ਇੱਕ ਪ੍ਰਸਤਾਵ ਹੈ ਇਹ ਕੋਡ ਧਰਮ ਅਤੇ ਲਿੰਗ ਦੇ ਆਧਾਰ ਤੋਂ ਇਲਾਵਾ ਬਿਨਾਂ ਭੇਦਭਾਵ ਦੇ ਸਾਰੇ ਨਾਗਰਿਕਾਂ ਤੇ ਬਰਾਬਰ ਲਾਗੂ ਹੋਵੇਗਾ। ਮੌਜੂਦਾ ਸਮੇਂ ਵਿੱਚ ਦੇਸ਼ ਵਿੱਚ ਵੱਖ-ਵੱਖ ਭਾਈਚਾਰਿਆਂ ਨੂੰ ਆਪੋ ਆਪਣੇ ਨਿੱਜੀ ਕਾਨੂੰਨਾਂ ਅਨੁਸਾਰ ਕਈ ਸ਼ਰਤਾਂ ਨੂੰ ਮੰਨਣਾ ਪੈਂਦਾ ਹੈ। ਪਿਛਲੇ ਮਹੀਨੇ 14 ਜੂਨ ਨੂੰ ਲੋਕ ਕਮਿਸ਼ਨ ਨੇ ਲੋਕਾਂ ਅਤੇ ਰਜਿਸਟਰਡ ਧਾਰਮਿਕ ਸੰਗਠਨਾਂ ਨੂੰ ਯੂਨੀਫਾਰਮ ਸਿਵਲ ਕੋਡ ਸੰਬੰਧੀ ਸੁਝਾਅ ਦੇਣ ਅਤੇ ਆਪਣੇ ਵਿਚਾਰ ਪੇਸ਼ ਕਰਨ ਲਈ ਕਿਹਾ ਸੀ। ਆਪ ਲੋਕ ਇਸ ਮੁੱਦੇ ਸੰਬੰਧੀ 14 ਜੁਲਾਈ ਤੱਕ ਆਪਣੇ ਸੁਝਾਅ ਭੇਜ ਸਕਦੇ ਨੇ। ਮਹਾਰਾਸ਼ਟਰ ਦੀ ਸਿਆਸਤ ਵਿੱਚ ਅੱਜ ਇੱਕ ਵੱਡਾ ਉਲਟ ਫੇਰ ਦੇਖਣ ਨੂੰ ਮਿਲਿਆ ਐਨਸੀਪੀ ਨੇਤਾ ਜੀਤ ਪਵਾਰ ਛਿੰਦੇ ਸਰਕਾਰ ਵਿੱਚ ਸ਼ਾਮਲ ਹੋ ਗਏ ਨੇ ਉਹਨਾਂ ਨੇ ਉਪ ਮੁੱਖ ਮੰਤਰੀ ਦੇ ਅਹੁਦੇ ਦੀ ਸੌਂ ਚੁੱਕੀ ਉਹਨਾਂ ਦੇ ਨਾਲ ਹੀ ਠਗਨ ਪੁਜਬਲ ਨੇ ਮੰਤਰੀ ਦੇ ਅਹੁਦੇ ਦੀ ਸੌਂ ਚੁੱਕੀ ਅਜੀਤ ਪਵਾਰ ਸਮੇਤ ਉਹਨਾਂ ਦੀ ਪਾਰਟੀ ਦੇ 9 ਵਿਧਾਨਕਾਰ ਵੀ ਛਿੰਦੇ ਸਰਕਾਰ ਵਿੱਚ ਸ਼ਾਮਲ ਹੋ ਗਏ ਨੇ ਇਸ ਵੇਲੇ ਪਾਰਟੀ ਦੇ 18 ਵਿਧਾਨਕਾਰ ਨੇ ਬੀਜੇਪੀ ਸ਼ਿਵ ਸੈਨਾ ਗਠਜੋੜ ਨੂੰ ਸਮਰਥਨ ਦੇਣ ਅਤੇ ਸਰਕਾਰ ਵਿੱਚ ਸ਼ਾਮਲ ਹੋਣ ਦਾ ਅਜੀਤ ਪਵਾਰ ਦਾ ਫੈਸਲਾ 2024 ਤੋਂ ਪਹਿਲਾਂ ਵਿਰੋਧੀ ਪਾਰਟੀਆਂ ਦੀ ਏਕਤਾ ਲਈ ਇੱਕ ਵੱਡਾ ਚਟਕਾ ਹੈ ਮਹਾਰਾਸ਼ਟਰ ਵਿਧਾਨ ਸਭਾ ਦੇ ਅਜੀਤ ਪਵਾਰ ਦੀ ਹਮਾਇਤ ਵਾਲੇ ਜਿਨ੍ਹਾਂ ਵਿਧਾਨਕਾਰਾਂ ਨੂੰ ਸੋਚ ਚੁਕਾਈ ਗਈ ਹੈ ਉਹਨਾਂ ਵਿੱਚ ਸ਼ਗਨ ਪੁਜਬਲ, ਦਲੀਪਰਾਵ ਵਲਸੇ ਪਾਟਿਲ, ਤਨੰਜੇ ਮੁੰਡੇ, ਸੰਜੇ ਬਾਬੂਰਾਓ, ਵੰਸੋਡੇ ਅਤੇ ਅਨਿਲ ਪਾਟਿਲ ਵਰਗੇ ਵੱਡੇ ਨਾਂ ਸ਼ਾਮਲ ਨੇ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਜੀਤ ਪਵਾਰ ਨੇ ਕਿਹਾ ਕਿ ਵਿਕਾਸ ਹੀ ਉਹਨਾਂ ਦਾ ਇੱਕੋ ਇੱਕ ਏਜੰਡਾ ਹੈ ਉਹਨਾਂ ਕਹਿੰਦੇ ਕਿ ਪ੍ਰਧਾਨ ਮੰਤਰੀ ਮੋਦੀ ਦੁਨੀਆ ਦੇ ਸਭ ਤੋਂ ਹਰਮਨ ਪਿਆਰੇ ਨੇਤਾ ਨੇ ਅਜੀਤ ਪਵਾਰ ਨੇ ਕਿਹਾ ਕਿ ਐਨਸੀਪੀ ਦੇ ਜ਼ਿਆਦਾਤਰ ਆਗੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਕਵਾਇ ਤੇ ਆਪਣਾ ਭਰੋਸਾ ਜਤਾਇਆ ਹੈ ਨਰਿੰਦਰ ਮੋਦੀ ਸਰਕਾਰ ਨੇਤੂਤਵ ਨੇ ਆਜ ਦੇਸ਼ ਕੰਮ ਕਰਵਾਇਆ ਉਹ ਬਾਹਰ ਵੀ ਪਪੂਲਰ ਹੈ ਯਾਨੀ ਅਬਰ ਬਾਹਰ ਅਗਰ ਕੋਈ ਵੀ ਦੇਸ਼ ਵਿੱਚ ਗਏ ਸਾਥੇ ਅੱਜ ਦੇ ਭਾਰਤ ਕੀ ਤਰਫ ਸੇ ਤੋਂ ਸਭ ਉਨਕੋ ਸਪੋਰਟ ਦੇਤੇ ਹੈ ਕੇਂਦਰੀ ਮੰਤਰੀ ਸਮ੍ਰਿਤੀ ਰਾਣੀ ਨੇ ਨਵੀਂ ਦਿੱਲੀ ਵਿੱਚ ਬਾਲ ਸੁਰੱਖਿਆ ਸੁਰੱਖਿਆ ਅਤੇ ਬਾਲ ਭਲਾਈ ਬਾਰੇ ਖੇਤਰੀ ਸਿੰਪੋਜੀਅਮ ਨੂੰ ਸੰਬੋਧਨ ਕੀਤਾ। ਉਹਨਾਂ ਦੱਸਿਆ ਕਿ ਸਰਕਾਰ ਨੇ ਦੇਸ਼ ਵਿੱਚ ਬੱਚਿਆਂ ਦੇ ਵਿਕਾਸ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਈ ਪੈੜ ਕਦਮਾਂ ਕੀਤੇ ਹਨ। ਉਹਨਾਂ ਕਿਹਾ ਕਿ ਬੱਚਿਆਂ ਦੀ ਦੇਖਭਾਲ ਅਤੇ ਸੁਰੱਖਿਆ ਐਕਟ ਵਿੱਚ ਸੋਧ ਕੀਤੀ ਗਈ ਸੀ। ਦੇਸ਼ ਵਿੱਚ ਬੱਚਾ ਗੋਦ ਲੈਣ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਗੋਦ ਲੈਣ ਦੇ ਕਾਨੂੰਨ ਨੂੰ ਵੀ ਸਰਲ ਬਣਾਇਆ ਗਿਆ ਹੈ ਤਾਂ ਜੋ ਕੋਈ ਵੀ ਉਚਕ ਮਾਪੇ ਬਿਨਾਂ ਅਦਾਲਤ ਵਿੱਚ ਪੇਸ਼ ਹੋਏ ਬੱਚੇ ਨੂੰ ਗੋਦ ਲੈ ਸਕਣ। ਕੇਂਦਰੀ ਮੰਤਰੀ ਨੇ ਇਹ ਵੀ ਦੱਸਿਆ ਕਿ ਉਹਨਾਂ ਦਾ ਮੰਤਰਾਲਾ ਸਰਹੱਦੀ ਖੇਤਰੀ ਵਿਚ ਰਹਿ ਰਹੀਆਂ ਕੁੜੀਆਂ ਦੇ ਪਾਲਣ ਪੋਸ਼ਣ ਲਈ ਫੰਡ ਮੁਹੱਈਆ ਕਰਵਾਉਣ ਲਈ ਕੰਮ ਕਰ ਰਿਹਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਸੂਬੇ ਦੀ ਜੇਲ੍ਹ ਵਿੱਚ ਖਤਰਨਾਕ ਅਪਰਾਧੀ ਮੁਖ्तार ਅंसारी ਦੇ ਆਰਾਮ ਪ੍ਰਸਤੀ ਠਹਿਰਾਓ ਤੇ ਖਰਚੇ ਗਏ 55 ਲੱਖ ਰੁਪਏ ਸੂਬਾ ਸਰਕਾਰ ਅਦਾ ਨਹੀਂ ਕਰੇਗੀ ਅਤੇ ਇਹ ਪੈਸਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਦਾਵਾ ਤੋਂ ਵਸੂਲ ਕੀਤੇ ਜਾਣਗੇ। ਚੰਡੀਗੜ੍ਹ ਤੋਂ ਜਾਰੀ ਇੱਕ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਇਹ ਹਿਹਾਕਾਰਾ ਲੋਕਾਂ ਦੇ ਪੈਸੇ ਦੀ ਨਿਰਲज्जਤਾ ਨਾਲ ਕੀਤੀ ਗਈ ਲੁੱਟੇ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਹੀ ਇਸ ਬਾਰੇ ਚੰਗੀ ਤਰ੍ਹਾਂ ਨਾਲ ਜਾਣਦੀਆਂ ਹੋਣਗੀਆਂ ਕਿ ਮੁਖ्तार ਅंसारी ਵਰਗੇ ਬਦਨਾਮ ਅਪਰਾਧੀ ਨੂੰ ਰੋਪੜ ਜੇਲ੍ਹ ਵਿੱਚ ਪੂਰੀਆਂ ਸੁੱਖ ਸਹੂਲਤਾਂ ਨਾਲ ਕਿਉਂ ਰੱਖਿਆ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਕਾਨੂੰਨ ਦੇ ਅਪਰਾਧ ਵਿੱਚ ਸ਼ਾਮਲ ਹਰੇਕ ਵਿਅਕਤੀ ਨੂੰ ਉਨ੍ਹਾਂ ਦੇ ਗੁਨਾਹ ਲਈ ਜਵਾਬ ਦੇ ਆਜਾਵੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਤੇ ਟਿੱਪਣੀ ਕਰਦੇ ਆ ਸਾਬਕਾ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਵੱਲੋਂ ਉਹਨਾਂ ਨੂੰ ਕੋਈ ਨੋਟਿਸ ਭੇਜਿਆ ਜਾਵੇਗਾ ਤਾਂ ਉਹ ਉਸ ਦਾ ਜਵਾਬ ਦੇਣਗੇ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਿਰਫ ਜੁਮਲੇ ਛੱਡਣਾ ਹੀ ਜਾਣਦੇ ਨੇ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਬਿਨਾਂ ਸੋਚੇ ਸਮਝੇ ਕੋਈ ਬਿਆਨ ਨਹੀਂ ਦੇਣਾ ਚਾਹੀਦਾ ਸਾਬਕਾ ਮੰਤਰੀ ਨੇ ਕਿਹਾ ਕਿ ਜੇ ਅਜੇ ਤੱਕ ਮੁੱਖ ਮੰਤਰੀ ਨੇ ਖਰਚੇ ਦਾ ਭੁਗਤਾਨ ਨਹੀਂ ਕੀਤਾ ਤਾਂ ਉਹ ਫਿਰ ਇਸ ਦੀ ਵਸੂਲੀ ਕਿਵੇਂ ਕਰ ਸਕਦੇ ਨੇ ਟਵੀਟ ਕਰਦੇ ਪਹਿਲਾਂ ਨੋਟਿਸ ਹੋਣਾ ਚਾਹੀਦਾ ਨੋਟਿਸ ਦੀ ਕਾਪੀ ਟਵੀਟ ਤੇ ਲਾਉਣੀ ਚਾਹੀਦੀ ਕਿ ਮੈਂ ਨੋਟਿਸ ਦੇ ਰਿਹਾ ਦੂਸਰੀ ਮੈਂ ਪਾਟਣਾ ਚਾਹੁੰਦਾ ਕਿ ਬੋਖੰਤਰੀ ਸਾਹਿਬ ਸੋ ਸਮਝ ਕੇ ਕੋਈ ਵਿਦਿਆਨ ਦਿਆ ਕਰੋ ਅੱਜ ਤੱਕ ਪੇਮੈਂਟ ਨਹੀਂ ਕੀਤੀ ਗਈ ਜੇ ਪੇਮੈਂਟ ਹੀ ਨਹੀਂ ਕੀਤੀ ਰਿਕਵਰੀ ਕਦੀ ਕਰੇਗਾ ਭਾਰਤ ਦੇ ਯੂਕੀ ਭਾਵਰੀ ਨੇ ਆਪਣੇ ਦੱਖਣ ਅਫਰੀਕੀ ਜੋੜੀਦਾਰ ਲੋਇਡ ਹੈਰੀਸ ਨਾਲ ਮਿਲ ਕੇ ਸਪੇਨ ਚ ਕਰਵਾਈ ਗਈ ਮੈਲੋਰਕਾ ਲੌਨ ਟੈਨਿਸ ਚੈਂਪੀਅਨਸ਼ਿਪ ਵਿੱਚ ਮਰਦਾਂ ਦਾ ਡਬਲਸ ਖਿਤਾਬ ਜਿੱਤ ਲਿਆ। ਯੂਕੀ ਭਾਵਰੀ ਦਾ ਇਹ ਪਹਿਲਾ ਏਟੀਪੀ ਵਰਲਡ ਟੂਰ ਖਿਤਾਬ ਹੈ। ਦੋਵਾਂ ਖਿਡਾਰੀਆਂ ਨੇ ਫਾਈਨਲ ਵਿੱਚ ਨੀਦਰਲੈਂਡ ਦੇ ਰੋਬਿਨ ਹੈਜ਼ੇ ਅਤੇ ਆਸਟ੍ਰੇਲੀਆ ਦੇ ਫਿਲਿਪ ਓਸਵਾਲਡ ਦੀ ਜੋੜੀ ਨੂੰ 6-3, 6-4 ਨਾਲ ਹਰਾਇਆ। ਇਸ ਸਫਲਤਾ ਤੋਂ ਬਾਅਦ ਯੂਕੀ ਭਾਵਰੀ ਦੀ ਏਟੀਪੀ ਡਬਲਸ ਰੈਂਕਿੰਗ ਵਿੱਚ ਵੀ ਸੁਧਾਰ ਹੋਵੇਗਾ ਤੇ ਉਹ ਹੁਣ ਦਰਜਾ ਬੰਦੀ ਦੇ 75ਵੇਂ ਸਥਾਨ ਤੋਂ 58ਵੇਂ ਨੰਬਰ ਤੇ ਪਹੁੰਚ ਖਬਰਾਂ ਦਾ ਬੁਲੇਟਿਨ ਸਾਡੇ ਦਰਸ਼ਕਾਂ ਆ ਰਹੇ ਨੇ ਉਹ ਡੀਟੀਕੇ ਜਲੰਧਰ ਦੇ YouTube ਚੈਨਲ Facebook ਪੇਜ ਅਤੇ Twitter ਹੈਂਡਲ ਤੇ ਵੀ ਦੇ ਸਕਦੇ ਨੇ ਤੇ ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ ਇਜਾਜ਼ਤ ਦਿਓ ਨਮਸਕਾਰ